ਸਤਿ ਸ਼੍ਰੀ ਅਕਾਲ ਬ੍ਰੈਂਡ, ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਯੂਨੀਵਰਸਿਟੀ ਕਾਲਜ ਪ੍ਰੀਖਿਆਵਾਂ ਨੂੰ ਲੈ ਕੇ ਦਿਸ਼ਾ ਨਿਰਦੇਸ਼ ਜਾਰੀ, ਪੇਪਰਾਂ ਦੀ ਮਹੱਤਵਪੂਰਨ ਇਨਫੋਰਮੇਸ਼ਨ ਤੁਹਾਡੇ ਵਾਸਤੇ ਲੈ ਕੇ ਆਏ ਹਾਂ। ਜੇਕਰ ਤੁਸੀਂ ਪੇਪਰ ਦੇ ਜਾ ਰਹੇ ਹੋ ਤਾਂ ਇਸ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਿਓ, ਕਿਉਂਕਿ ਇਹ ਅਪਡੇਟ ਤੁਹਾਡੇ ਲਈ ਹੈ। ਠੀਕ ਹੈ, ਜ਼ਰੂਰ ਇਸ ਵੀਡੀਓ ਨੂੰ ਲਾਸਟ ਤੱਕ ਦੇਖਣਾ। ਜੇਕਰ ਚੈਨਲ 'ਤੇ ਪਹਿਲੀ ਵਾਰ ਆਏ ਹੋ, ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ, ਵੀਡੀਓ ਨੂੰ ਲਾਈਕ ਅੱਗੇ ਤੋਂ ਅੱਗੇ ਸ਼ੇਅਰ ਜ਼ਰੂਰ ਕਰਿਓ। ਹਾਂਜੀ, ਜੇਕਰ ਤੁਸੀਂ ਜਾਣਨਾ ਚਾਹੁੰਦੇ ਹੋ ਕਿ ਐਡਮਿਟ ਕਾਰਡ ਕਿਸ ਤਰ੍ਹਾਂ ਡਾਊਨਲੋਡ ਕਰਨੇ ਨੇ ਅਤੇ ਆਨਸਰ ਸ਼ੀਟ ਕਿਸ ਤਰ੍ਹਾਂ ਅਪਲੋਡ ਕਰਨੀਆਂ ਨੇ, ਉਹ ਵੀਡੀਓ ਮੈਂ ਪਹਿਲਾਂ ਬਣਾ ਚੁੱਕਿਆ, ਉਹਦਾ ਲਿੰਕ ਡਿਸਕ੍ਰਿਪਸ਼ਨ ਦਿੱਤਾ ਹੋਇਆ, ਜਾ ਕੇ ਉਸਨੂੰ ਵੀ ਤੁਸੀਂ ਦੇਖ ਸਕਦੇ ਹੋ। ਹੁਣ ਆਪਾਂ ਰੀਡ ਕਰਦੇ ਹਾਂ ਇਸ ਨਿਊਜ਼ ਨੂੰ, ਇਸ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਿਓ। ਪੀਯੂ ਪ੍ਰੀਖਿਆਵਾਂ ਸੰਬੰਧੀ ਦਿਸ਼ਾ ਨਿਰਦੇਸ਼ ਜਾਰੀ, ਵਿਦਿਆਰਥੀ 12 ਸਤੰਬਰ ਤੱਕ ਪ੍ਰਾਪਤ ਕਰ ਸਕਣਗੇ ਦਾਖਲਾ ਕਾਰਡ। ਹੁਣ ਇਸ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਿਓ ਅਪਡੇਟ ਨੂੰ। ਪੰਜਾਬ ਯੂਨੀਵਰਸਿਟੀ ਵੱਲੋਂ 17 ਸਤੰਬਰ ਨੂੰ ਸ਼ੁਰੂ ਕਰਵਾਈਆਂ ਜਾ ਰਹੀਆਂ UG ਅਤੇ PG ਅੰਡਰ ਗ੍ਰੈਜੂਏਸ਼ਨ ਅਤੇ ਪੋਸਟ ਗ੍ਰੈਜੂਏਸ਼ਨ ਦੀਆਂ ਔਨਲਾਈਨ ਪ੍ਰੀਖਿਆਵਾਂ ਸੰਬੰਧੀ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ, ਜਿਨ੍ਹਾਂ ਤਹਿਤ ਰੈਗੂਲਰ ਕਾਲਜ ਵਿਭਾਗ ਰੀਜਨਲ ਸੈਂਟਰਾਂ ਦੇ ਵਿਦਿਆਰਥੀ ਆਪਣਾ ਦਾਖਲਾ ਕਾਰਡ ਸੰਬੰਧਿਤ ਕਾਲਜਾਂ ਭਾਗਾਂ ਰੀਜਨਲ ਸੈਂਟਰਾਂ ਤੋਂ 12 ਸਤੰਬਰ ਤੱਕ ਪ੍ਰਾਪਤ ਕਰ ਸਕਣਗੇ। ਕੰਟਰੋਲਰ ਪ੍ਰੀਖਿਆਵਾਂ ਪ੍ਰੋਫੈਸਰ ਪਰਵਿੰਦਰ ਸਿੰਘ ਨੇ ਦੱਸਿਆ ਕਿ ਪ੍ਰਾਈਵੇਟ ਦੇ ਯੋਗ ਉਮੀਦਵਾਰ UG ਅਤੇ PG ਪ੍ਰੀਖਿਆਵਾਂ ਵੈਬਸਾਈਟ ਤੋਂ 12 ਸਤੰਬਰ ਤੋਂ ਲੌਗਇਨ ਕਰਨ ਉਪਰੰਤ ਆਪਣਾ ਐਡਮਿਟ ਕਾਰਡ ਡਾਊਨਲੋਡ ਕਰ ਸਕਣਗੇ। ਉਮੀਦਵਾਰ ਨੂੰ ਸਾਰੀਆਂ ਹੱਲ ਕੀਤੀਆਂ ਸ਼ੀਟਾਂ, ਉੱਤਰ ਪੱਤਰੀਆਂ ਨੂੰ ਐਡਮਿਟ ਕਾਰਡ ਦੇ ਨਾਲ ਸੀਰੀਅਲ ਆਰਡਰ ਵਿੱਚ ਸਕੈਨ ਕਰਨ ਅਤੇ ਉਹਨਾਂ ਤੋਂ ਇੱਕ ਸਿੰਗਲ PDF ਫਾਈਲ ਵਿੱਚ ਮਿਲਾਉਣਾ ਹੋਵੇਗਾ। PDF ਫਾਈਲ ਦਾ ਪਹਿਲਾ ਪੰਨਾ ਐਡਮਿਟ ਕਾਰਡ ਜ਼ਰੂਰੀ ਹੈ। ਉਹਨਾਂ ਦੱਸਿਆ ਕਿ ਰੈਗੂਲਰ ਵਿਭਾਗ ਰੀਜਨਲ ਸੈਂਟਰਾਂ ਦੇ ਵਿਦਿਆਰਥੀਆਂ ਨੂੰ ਆਪਣੀ ਉੱਤਰ ਪੱਤਰੀ ਦੀ PDF ਫਾਈਲ, ਕਾਲਜ ਦੇ ਈਮੇਲ ਐਡਰੈਸ, ਹਾਰਡ ਕਾਪੀ ਨੂੰ ਰਜਿਸਟਰ ਪੋਸਟ ਸਪੀਡ ਪੋਸਟ ਰਾਹੀਂ ਆਪੋ ਆਪਣੇ ਕਾਲਜ ਭਾਗਾਂ ਅਤੇ ਰੀਜਨਲ ਸੈਂਟਰਾਂ ਵਿੱਚ ਪ੍ਰੀਖਿਆਵਾਂ ਸ਼ੁਰੂ ਹੋਣ ਤੋਂ 4 ਘੰਟੇ ਵਿੱਚ ਜਮ੍ਹਾਂ ਕਰਵਾਉਣੀ ਹੋਵੇਗੀ। ਯਾਨੀ ਕਿ ਤੁਹਾਡਾ ਪੇਪਰ ਜਿਹੜਾ 1 ਵਜੇ ਕੰਪਲੀਟ ਹੋ ਗਿਆ ਤਾਂ 1 ਤੋਂ ਅਗਲੇ 4 ਘੰਟਿਆਂ ਦੇ ਵਿੱਚ ਤੁਸੀਂ ਜਿਹੜੀ ਪੋਸਟ ਸਪੀਡ ਕਰਕੇ ਉੱਥੇ ਪਹੁੰਚਾਉਣੀ ਹੋਵੇਗੀ, ਹਾਰਡ ਕਾਪੀ ਜਾਂ ਫਿਰ ਈਮੇਲ ID ਦੇ ਵਿੱਚ। ਠੀਕ ਹੈ, ਇਹ ਇਨਫੋਰਮੇਸ਼ਨ ਤੁਹਾਨੂੰ ਕਿਵੇਂ ਲੱਗੀ? ਵੀਡੀਓ ਨੂੰ ਲਾਈਕ ਕਰਨਾ, ਆਪਣੇ ਦੋਸਤਾਂ ਨਾਲ ਸ਼ੇਅਰ ਕਰਨਾ ਅਤੇ ਕਮੈਂਟ ਕਰਕੇ ਜੇਕਰ ਹੋਰ ਤੁਹਾਡਾ ਕੋਈ ਡਾਊਟ ਆ ਉਸਨੂੰ ਮੈਨੂੰ ਪੁੱਛ ਸਕਦੇ ਹੋ। ਦੇਖੋ, ਇਹ PU ਦੇ ਜਿਹੜੇ ਨਿਦਾ ਨਿਰਦੇਸ਼ ਨੇ ਇਹੀ ਜਿਹੜੇ ਬਾਕੀ ਯੂਨੀਵਰਸਿਟੀਆਂ 'ਤੇ ਵੀ ਫੋਲੋ ਹੋਣਗੇ, ਕਿਉਂਕਿ ਉਹੀ ਜਿਹੜੇ ਮੈਂ ਗਾਈਡਲਾਈਨ ਪੜ੍ਹੀਆਂ ਨੇ UG ਦੀਆਂ, ਉਹੀ PU ਦੀਆਂ ਗਾਈਡਲਾਈਨ ਅਤੇ ਉਹੀ ਜਿਹੜੀਆਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀਆਂ ਵੀ ਨੇ। ਠੀਕ ਹੈ, ਬਹੁਤ ਸਾਰੇ ਬੱਚੇ ਕਮੈਂਟ ਕਰ ਰਹੇ ਸੀ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਅਪਡੇਟ ਕਦੋਂ ਆਵੇਗੀ। ਉਦੋਂ ਵੀ ਜਦੋਂ ਵੀ ਉਹਦੀ ਅਪਡੇਟ ਆਉਂਦੀ ਹੈ ਤੁਹਾਡੇ ਤੱਕ ਸਭ ਤੋਂ ਪਹਿਲਾਂ ਲੈ ਕੇ ਆਵਾਂਗੇ। ਇਸ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਜ਼ਰੂਰ ਰੱਖ ਲਿਓ। ਠੀਕ ਹੈ, ਇਹ ਦਿਸ਼ਾ ਨਿਰਦੇਸ਼ ਹੈ ਜਿਹੜੇ ਅੱਡ PDF ਫਾਈਲ ਹੈ ਬਣਾ ਕੇ, ਬਾਅਦ ਚੋਂ ਉਸਨੂੰ ਇੱਕ ਫਾਈਲ ਦੇ ਵਿੱਚ ਕਨਵਰਟ ਕਰਨਾ ਹੋਵੇਗਾ। ਉਸ ਫਾਈਲ ਨੂੰ ਕਨਵਰਟ ਕਰਨ ਤੋਂ ਬਾਅਦ ਤੁਸੀਂ ਫਿਰ ਸਿੰਗਲ PDF ਫਾਈਲ ਨੂੰ ਉਹਦੇ ਸੀਰੀਅਲ ਆਰਡਰ ਦੇ ਵਿੱਚ ਐਡਮਿਟ ਕਾਰਡ ਨਾਲ ਪਲੱਸ ਕਰਕੇ ਤੁਸੀਂ ਫਿਰ ਰੀਜਨਲ ਸੈਂਟਰ ਦੇ ਵਿੱਚ ਪਹੁੰਚਾਉਣੀ ਹੋਵੇਗੀ, ਈਮੇਲ ID ਜਾਂ ਹਾਰਡ ਕਾਪੀ ਸਪੀਡ ਪੋਸਟ ਦੇ ਨਾਲ। ਧੰਨਵਾਦ।